ਗੋਲਡਨ ਗਰੁੱਪ ਆਫ ਇੰਸਟੀਚਿਊਟ ਵੱਲੋਂ ਸਤ ਸਾਈਂ ਬਾਬਾ ਦੇ 96ਵੇਂ ਜਨਮ ਦਿਨ ਦਿਹਾੜੇ ਤੇ ਫ੍ਰੀ ਹੈਂਡੀਕੈਪ ਕੈਂਪ ਲਗਾਇਆ ਗਿਆ, ਜਿਸ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰਦਾਸਪੁਰ ਤੋਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਤੇ 80 ਦੇ ਕਰੀਬ ਹੈਂਡੀਕੈਪ ਲੋਕਾਂ ਨੂੰ ਨਕਲੀ ਸਰੀਰਕ ਅੰਗ ਦਿੱਤੇ ਗਏ। ਇਸ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਰੋਧੀ ਪਾਰਟੀ ਤੇ ਸ਼ਬਦੀ ਹਮਲੇ ਕੀਤੇ ਅਤੇ ਵਿਧਾਇਕ ਪਾੜਾ ਨੇ ਕਿਹਾ ਕਿ ਗੋਲਡਨ ਗਰੁੱਪ ਆਫ ਇੰਸਟੀਚਿਊਟ ਪਿਛਲੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੇ ਚੰਗੇ ਉਪਰਾਲੇ ਕਰ ਰਹੀ ਹੈ ਜੋ ਬਹੁਤ ਹੀ ਵਧੀਆ ਹੈ ਅਤੇ ਇਸ ਨਾਲ ਸਮਾਜ ਦਾ ਵੀ ਭਲਾ ਹੁੰਦਾ ਹੈ। ਗੁਰਦਾਸਪੁਰ ਜਿਹੜਾ ਤਕਰੀਬਨ 6 ਮਿਲਾਂ ਨੂੰ ਗੰਨਾ ਜਿਹੜਾ ਸਪਲਾਈ ਕਰਦਾ 5000 ਤੋਂ 7000 ਟਨ ਪਰ ਡੇ ਉਹਦੀ ਸੁਰੱਖਿਆ ਹੈ। ਇਸ ਦਾ ਬਟਾਲਾ 2300 ਤੋਂ 5000 ਦੀ ਕਪੈਸਿਟੀ ਦੀ ਉਸਨੇ ਲੱਗੀ ਹੈ। ਉਹਦਾ ਕੋਈ ਸਟਾਰਟ ਕਰੋਗੇ ਉਹਦੇ ਤੋਂ ਲੱਗੇਗਾ ਅਤੇ ਨਾਲ ਹੀ ਉੱਥੇ 40 ਕਰੋੜ ਦਾ CNG ਪਲਾਂਟ ਵੀ ਲਾਇਆ ਜਾਏਗਾ। ਉਹਦਾ ਪ੍ਰੋਜੈਕਟ ਸਾਰੇ ਚੀਜ਼ਾਂ ਕਰਕੇ ਇਹ ਬਹੁਤ ਵੱਡੀ ਗੱਲ ਹੈ ਕਿ ਸ਼ੂਗਰ ਕੰਪਲੈਕਸ ਬਣਾਏ ਗਏ ਨੇ ਤਾਂ ਕਿ ਕਿਸਾਨਾਂ ਦੀ ਜਿਹੜੀ ਇਨਕਮ ਆ ਜਿਹੜੀ ਸੇਵ ਹੈ ਕਿ ਗੰਨਾ ਵੇਚਣ ਜਾਂ ਉਹਨਾਂ ਨੂੰ 24 ਘੰਟਿਆਂ ਦੇ ਵਿੱਚ ਅਦਾਇਗੀ ਵੀ ਕਰ ਦਿੱਤੀ ਜਾਏ। ਜੇ ਤੁਹਾਡੇ ਪ੍ਰੋਡਕਟ ਵੇਚਣ ਗਏ ਤਾਂ ਤੁਹਾਡੀ ਮਿਲ ਜਿਹੜੀ ਪ੍ਰੋਫਿਟ ਜਾਏਗੀ ਅਤੇ ਨਾਲ ਦੀ ਨਾਲ ਹੀ ਉਹਨੇ ਪੇਮੈਂਟ ਵੀ ਕਰ। ਸਰ, ਕੈਪਟਨ ਸਾਹਿਬ ਨੇ ਅੱਜ ਇਸ਼ਤਿਹਾਰ ਵੀ ਦਿੱਤੇ ਆ, ਉਹ BJP ਨਾਲ ਲੜਨ ਵਾਸਤੇ ਕਹਿ ਰਹੇ ਆ, ਕਿਸ ਤਰ੍ਹਾਂ ਦੇ ਮਰਜ਼ੀ ਜਾਣ ਉਹਨਾਂ ਦੀ ਮਰਜ਼ੀ। ਜਦੋਂ ਅਸੀਂ ਆਪਣੇ ਘਰੋਂ ਹੀ ਕੱਢ ਦਿੱਤਾ ਤਾਂ ਹੁਣ ਜਿਹਦੇ ਮਰਜ਼ੀ ਘਰ ਬਹਿ ਕੇ ਘਰ ਵਸਾਉਂਦੇ ਰਹਿਣ, ਜਦੋਂ ਇੱਧਰੋਂ ਭੇਜ ਦਿੱਤਾ ਉਹਨਾਂ ਨੂੰ ਕਿ ਉਹਨਾਂ ਦੀ ਆਪਣੀ ਖੁਸ਼ੀ ਨਾਲ ਜੋ ਉਹਨਾਂ ਕਰਨਾ ਕਰ। ਸਰ, ਕਿਸਮਤ ਇਹ ਆ ਕਿ ਜਿਸ ਪਾਰਟੀ ਦੇ ਵਿੱਚ ਇੰਨੀ ਦੇਰ ਖਾ ਕੇ ਜਿਸ ਪਾਰਟੀ ਦੇ ਵਿੱਚ ਰਾਜਪਾਲ ਹੋ ਕੇ ਅਖੀਰ ਚੌਥੇ ਉਸੇ ਥਾਲੀ 'ਚ ਛੇਦ ਕਰਕੇ ਗਏ, ਇਹ ਸ਼ਰਮ ਵਾਲੀ ਗੱਲ। ਸਰ, ਸਿੱਧੂ ਸਾਹਿਬ ਪਾਕਿਸਤਾਨ ਨੂੰ ਗਏ ਆ, ਉਹਨਾਂ ਦਾ ਵੀ ਵਾਰ ਵਾਰ ਪਾਰਟੀਆਂ ਵਿਰੋਧ ਕਰ ਰਹੀਆਂ, ਇਮਰਾਨ ਖਾਨ ਦੇ ਨਾਲ ਵੈਸੇ ਜਿਹੜੇ ਪਾਰਟੀ ਜਿਹੜੀ ਅਪੋਜੀਸ਼ਨ ਪਾਰਟੀ ਹੁੰਦੇ ਉਹਨਾਂ ਦਾ ਵਿਰੋਧ ਕਰਨਾ ਉਹਨਾਂ ਦਾ ਕੰਮ ਹੈ, ਸਾਡਾ ਕੰਮ ਹੈ ਕੰਮ ਕਰਨਾ। ਠੀਕ ਹੈ।